ਫਿਰਾਂ ਆਪਾਂ ਲੰਜੂ ਆਰੂ ਉੜਕੇ ਜੇ ਰਹਿਣਾ ਸਾਨੂੰ ਆਨੇ ਇਥੋਂ ਤੁਹਾਨੂੰ ਆ ਕੇ ਗੱਡੀ ਲੈ ਜਾਏਗੀ ਉਹ ਤਾਂ ਅਸੀਂ ਪਾਰਾਂ ਜੀ ਬੈਠੇ ਰਹਿੰਦੇ ਹਾਂ ਦੋ ਦੋ ਦਿਨ ਕੋਈ ਸ਼ੈ ਨੀ ਕੋਲ ਖਾਂ ਪੀਣ ਨੂੰ ਕੋਈ ਹਾਬਦਾ ਵੀ ਕੋ ਨਹੀਂ ਇਸ ਟੈਂ ਜੇ ਲੱਖ ਡੇਰ ਦੇਣਾ ਨੇ ਜੇ ਨਸਿਆ ਨਸਿਆ ਹੋਵੇ ਨਾ ਬੰਦਾ ਤੇ ਫਰਕ ਕਤੇ ਫਿਰ ਉਹਨਾਂ ਦੇ ਮਾਪਿਆਂ ਨੂੰ ਫੋਨ ਕਰਕੇ ਨੇ ਤੁਸੀਂ 5 ਲੱਖ ਦਿਓ 6 ਲੱਖ ਦਿਓ ਜਿੰਨੇ ਵੀ ਉਹਨਾਂ ਨੂੰ ਆਖਨੇ ਨੂੰ ਉਹਨਾਂ ਮਜਬੂਰੀ ਨੂੰ ਦੇਨੇ ਨੇ ਅਸੀਂ ਐਸ ਹੋਇਆ ਤੋਂ ਆਏ ਹਾਂ ਕਿ ਭਾਈ ਘਰ ਦੇ ਹਾਲਾਤ ਠੀਕ ਹੋ ਜਾਣਗੇ ਸਾਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਆਸਮਗਲ ਹੋ ਗਏ आपको पाकिस्तान के हर गांव की तकरीबन हर एक गली के अंदर कोई ना कोई शख्स ऐसा ज़रूर मिलेगा जो कि इंसानी स्मगलिंग का शिकार रहा होगा आज हमारे साथ मौजूद हैं जिनकी कहानी कुछ ज़्यादा मुख्तलिफ नहीं है आइए उनकी कहानी उन की ज़ुबानी सुनने की कोशिश करते हैं असने ये सोचा कि चलो डेंकी लाइए घर के हालात सही हो जाए इतों डेंकी लाइए तो ला तुर्की टुर गए सूचे जाकर पता लगा कि आप स्मगल हो गए हैं ਏਜੰਟ ਨੂੰ ਤੁਸੀਂ ਆਪੇ ਜਾਂਦੇ ਸੋ ਜਾਂ ਕੋਈ ਹੋਰ ਦੋਸਤ ਜਾਂਦਾ ਸੀ ਤੁਸੀਂ ਆਪੇ ਜਾਂਦੇ ਸੋ ਏਜੰਟ ਜਿਹੜਾ ਸੀ ਨਾ ਪਹਿਲਾ ਪਹਿਲੇ ਨੰਬਰ ਤੇ ਏਜੰਟ ਜਿਹੜਾ ਸੀ ਉਹ ਸਾਡੇ ਪਿੰਡ ਦਾ ਸੀ ਉਹਦਾ ਕੁਝ ਰਾਹੀ ਨੇ ਦੋਸਤ ਸੀ ਉਹ ਤੁਰ ਕੇ ਬੈਠਿਆ ਹੈ ਇਥੋਂ ਗਏ ਆਪਣਾ ਜਿਹੜਾ ਨਾ ਪਿੰਡਾ ਹੈ ਆਪਣਾ ਲਾਹੌਰ ਏਜੰਟ ਨੇ ਆਖਿਆ ਕੋਈ ਇੰਜਾਂ ਤੁਹਾਨੂੰ ਲਾਹੌਰ ਜਾਣਾ ਹੈ ਉਥੋਂ ਫਿਰ ਆਪਣਾ ਟਿਕਰ ਕਰਵਾਇਆ ਕਰਵਾਇਆ ਜੇ ਤੇ ਕੋਟੇ ਦੀ ਤੇ ਟ੍ਰੇਨ ਦੀਆਂ ਬਸ ਦੀ ਬਸ ਦੀ ਇਤੋਂ ਹੀ ਆਪਣਾ ਲੋਰ ਗਏ ਆ ਲੋਰੋਂ ਟਿਗਰ ਕਰਾਈਏ ਕੋਟੇ ਕੋਟ ਕੋਟੇ ਤੋਂ ਪਿੱਛੇ ਜਿਹੜਾ ਨਾ ਆਪਣਾ ਸਾਨੂੰ ਹੁਣ ਲਾਇਆ ਕੋਟੇ ਤੋਂ ਪਿੱਛੇ ਲਾ ਗਏ ਤੇ ਉਹਨਾਂ ਕਿ ਭਾਈ ਆਪਣਾ ਜਿਹੜਾ ਨਾ ਅੱਗੇ ਤੁਹਾਨੂੰ ਉਹ ਬਸ ਤੇ ਜਾਣਾ ਢਿੱਕੀ ਤੇ ਵੱਡੀ বাস ਨਹੀਂ ਹੁੰਦੀ ਉਹਦੀ ਪਿਛਲੀ ਢਿੱਕੀ ਉਹਦੇ ਜਿ ਵਰਗਿਆਂ ਕੋ ਚੌਂਕੀ ਉਹਨਾਂ ਕ੍ਰਾਸ ਕਰਨੀ ਸੀ ਉਹਨਾਂ ਤੋਂ ਅੱਗੇ ਬਲੋਚਿਸਤਾਨ ਵੱਰਨਾ ਹੈ ਕੋਟੇ ਤੋਂ ਅੱਗੇ ਬਲੋਚਿਸਤਾਨ ਨੂੰ ਤੁਰ ਗਏ ਆ ਤੇ ਬਲੋਚਿਸਤਾਨ ਗਏ ਆ ਤੇ ਅੱਗੇ ਚੌਂਕੀ-ਚੌਂਕੀ ਆਈਏ ਸਾਰਾ ਕੁਝ ਆਇਆ ਉਹਨਾਂ ਸਾਨੂੰ ਡਿੱਕੀ ਚ ਭਾਇਆ ਸੀ ਤੇ ਜਿੰਨਾਂ ਕੋਲ ਇਹ ਹੀ شناਸਕਾਟ ਆਈਡੀ ਕਾਰਡ ਆਇਆ ਸੀ ਉਹਨਾਂ ਨੂੰ ਉਹਨਾਂ ਬਾਈ ਰੱਖਿਆ ਹੋਵੇ ਜਿੰਨਾਂ ਕੋ ਨਹੀਂ ਆਇਆ ਉਹਨਾਂ ਨੂੰ ਉਹਨਾਂ ਲਾਸ਼ ਰਿਆ ਜੀ ਪਾਸਪੋਰਟ ਵਗੈਰਾ ਜਿੰਨਾਂ ਕੋ ਕੋਈ ਨਹੀਂ ਸੀ ਹੈ ਤੇ ਅਸੀਂ ਪਿੱਛੇ ਡਿੱਕੀ ਆ ਵੀ ਹਨਾ ਡਿੱਕੀ ਨਹੀਂ ਚੈੱਕ ਕੀਤੀ ਹੈ ਅਸੀਂ ਜਿਹੜਾ ਅੱਗੇ ਗਏ ਆ ਬਲੋਚਿਸਤਾਨ ਵੱਰ ਗਏ ਆ ਮੈਂ ਕਿਹਾ ਅਸ਼ਰ ਸਾਹਿਬ ਤੋੜਾ ਯਾ ਸਫ਼ਰ ਤੈ ਕਰਦੇ ਹਾਂ ਨਾਲ ਹੀ ਆਪਣਾ ਡਾਲਾ ਚੇਂਜ ਕਰ ਲੈਨੇ ਸਾਂ ਤੇ ਐਸੇ ਤਰ੍ਹਾਂ ਜਿਹੜਾ ਨਾਲ ਅਸੀਂ ਬਾਰਡਰ ਤੇ ਪਰ ਗਏ ਆ ਬਾਰਡਰ ਤੇ ਸਾਨੂੰ ਉਹਨਾਂ ਲਾਸ਼ ਰਿਆ ਵਿਚੇ ਹੀ 마什ਕਲ ਤੇ ਪਿਛੇ 마什ਕਲ ਤੇ ਲਾਇਆ ਹੋਏ ਸਾਨੂੰ ਨਾ ਉਤੋਂ ਹੀ 마什ਕਲ ਦੇ ਵਿੱਚੋਂ ਤਕਰੀਬਨ ਜਿਹੜਾ ਨਾ ਦੁਪਹਿਰੀ 4 ਵਜੇ ਨਾਲ ਹੀ ਟੁੜੇ ਹਾਂ ਅਗਲਾ ਦਿਨ ਜਿਹੜਾ ਹੀ ਨਾ ਉਹ ਹੋ ਪਿਆ ਹੀ ਅਸੀਂ ਉਥੇ ਸਫਰ ਦੇ ਵਿੱਚ ਹੀ ਰਹੇ ਹਾਂ ਪੈਰੇ ਆਲ ਮਨੀਆਂ ਘੜੀਆਂ حساب ਹੋ ਗਿਆ ਤੇ ਉਤੋਂ ਹੀ ਜਿਹੜਾ ਨਾ ਆਸਤਾ ਆਸਤਾ ਚੜਦੇ ਚੜਦੇ ਪਹਾੜਾਂ ਦੇ ਚੜੇ ਅੱਗੋਂ ਜਿਹੜਾ ਨਾ ਡਿੰਕਰ ਆ ਗਏ ਨੇ ਅਗਲੇ ਜਿਹੜੇ ਨਾ ইরਾਨੀ ইরਾਨੀ ਡਿੰਕਰ ਆਏ ਨੇ ਤੇ ਉਹਨਾਂ ਸਾਨੂੰ ਆਪਣਾ ਉੱਥੋਂ ਚੁੱਕਿਆ ਉਹਨਾਂ ਵੀ ਬੰਦ ਡਾਲੇ ਚ ਪਾਇਆ ਪਾ ਕੇ ਇੱਕ ਰੈਸ਼ ਚ ਲੈ ਕੇ ਇੱਥੋਂ ਅਸੀਂ ਗਏ ਆ ਰਾ ਆਪਣਾ ইরਾਨੀ ਝੰਡਾ ਕੋਲ ਡੈਂਕਰਾਂਗੋ ਉਹਨਾਂ ਕੋਲ ਗਏ ਆ ਉਹਨਾਂ ਨੇ ਸਾਨੂੰ ਅੱਗੇ ਵੇਛ ਰਿਆ ਅਗਲੇ ਏਜੰਟ ਏਜੰਟ ਨੂੰ ਡੈਂਕਰਾਂ ਨੂੰ ਏਜੰਟਾਂ ਤੇ ਉਹਨਾਂ ਸਾਨੂੰ ਆਪਣਾ ਜਿਹੜਾ ਨਾ ਗੱਡੀਆਂ ਦੀਆਂ ਟਿੱਕੀਆਂ ਚ ਤੇ ਉਹਦੇ ਬਾਦੂ ਅੱਗੇ ਗਏ ਆ ਫੇਰ ਅੱਗੇ ਡਾਲਿਆ ਜੀ ਟੋਰ ਟਾਰ ਕੇ ਤਕਰੀਬਨ ਜਿਹੜਾ ਨਾ 2 ਘੰਟੇ ਟੋਰਦੇ ਸਨ ਗੱਡੀ ਤੇ ਫੇਰ ਅਗਾਂ ਜੇ ਰਹਿਣਾ ਲਾਛਰਦੇ ਹਾਂ ਲਾਨੇ ਹਾਂ ਫੇਰ ਕੋ ਘੰਟਾ ਕੋ ਟੁਰਦੇ ਜਾਂਦੇ ਸਾਂ ਫੇਰਾਂ ਨਾ ਲੈ ਜਾਂਦੇ ਸਾਂ ਫੇਰਾਂ ਆ ਪਹਾੜਾਂ ਚ ਵਾਰ ਵੂੜ ਕੇ ਜੇ ਰਹਿਣਾ ਸਾਨੂੰ ਆਨੇ ਹਾਂ ਇੱਥੋਂ ਤੁਹਾਨੂੰ ਆ ਕੇ ਗੱਡੀ ਲੈ ਜਾਏਗੀ ਉਹ ਤੋਂ ਅਸੀਂ ਪਹਾੜਾਂ ਜੀ ਬੈਠੇ ਰਹਿੰਦੇ ਹਾਂ ਦੋ ਦੋ ਦਿਨ ਕੋਈ ਸ਼ਾਇ ਨੀ ਕੋਲ ਖਾਂਦ ਪੀਣ ਨੂੰ ਕੋਈ ਹਾਬਦਾਬੀ ਕੋ ਨਹੀਂ ਉਦੋਂ ਫੇਰ ਆਪ ਐਜੰਟ ਨੂੰ ਕਾਲ ਕੀਤੀ ਐ ਐਜੰਟ ਨੂੰ ਕਾਲ ਕੀਤੀ ਐ ਫੇਰ ਉਹ ਆਂਦਾ ਵਜ ਦਿਹਾਰੀਆ ਦੀ ਇੱਥੇ ਖਲੋਵੋ ਤੇ ਤੁਹਾਨੂੰ ਆ ਕੇ ਬੰਦਾ ਚੁੱਕ ਕੇ ਲੈ ਜਾਏਗਾ ਉਦੋਂ ਫੇਰ ਬੰਦਾ ਆਇਆ ਵੇ ਅੱਗੇ ਆਏ ਆ ਅੱਗੇ ਮੇਰੇ ਨਾਲ ਮੇਰਾ ਦੋਸਤ ਸੀ ਉਹਦੇ ਨਾਲ ਹੀ ਬੈਠੇ ਆ ਡਾਲੇ ਤੇ ਡਾਲੇ ਤੋਂ ਨਾ ਤਕਰੀਬਨ ਬੰਬ ਚੋਂ ਕੀ ਆਉਂਦੀ ਅੱਗੇ ਉਥੇ ਜਿਹੜਾ ਨਾ ਮੇਰਾ ਦੋਸਤ ਜਿਹੜਾ ਇਹ ਨਾ ਫੜਿਆ ਗਿਆ ਹੈ ਜਿਹੜੇ ਈਰਾਨੀ ਫੌਜ ਹੈ ਨਾ ਉਹਨਾਂ ਫਾਇਰਿੰਗ ਕੀਤੀ ਮਸਲ ਤਰੇ ਡਾਲੇ ਖਲੋਤੇ ਇੰਨਾ ਤਰੇ ਡਾਲਿਆਂ ਦੇ ਵਿੱਚ ਜਿਹੜਾ ਨਾ ਸਾਡਾ ਵਿਸ਼ਕਾਰ ਡਾਲਾ ਸੀ ਅੱਗੋਂ ਫੌਜ ਆਈ ਏ ਜੋ ਫੋਜ ਆਈਏ ਤੇ ਉਹਨਾਂ ਜਿਹੜਾ ਨਾ ਅਗਲਾ ਡੱਲੇ ਨੂੰ ਫਾਇਰ ਕਰਾਇਆ ਨਾ ਉਹਨੂੰ ਪਰਾ ਲੱਗ ਗਿਆ ਇਹ ਡੈਂਕਰ ਨੂੰ ਕਿ ਭਾਈ ਫੋਜ ਚ ਆ ਰਹੀ ਹੈ ਉਹ ਆਹ ਨਿਕਲ ਗਿਆ ਸਾਡੇ ਵਾਲਾ ਪਿਛਲਾ ਨਿਕਲ ਗਿਆ ਅਸੀਂ ਵਿੱਚ ਸਾਂ ਉਹ ਗੋ ਸਿੱਧੀ ਆ ਗਈ ਸਾਡੇ ਵਾਲੀ ਐ ਕ੍ਰਾਸਿੰਗ ਲੈ ਗੇ ਨਾ ਤੇ ਸਾਡੇ ਵਾਲ ਆ ਗਏ ਹਾੜੇ ਉਹ ਜਿਹੜਾ ਪਿਛਲਾ ਡੱਲਾ ਸੀ ਉਹਨੇ ਪਿਛੇ ਜਾਣਾ ਸੀ ਤੇ ਸਾਂ ਆਪਣਾ ਨਿਕਲਣਾ ਸੀ ਨਾ ਤੇ ਉਹ ਪਿਛਾ ਨਿਕਲਿਆ ਉਹਦੇ ਨਾਲ ਜਿਹੜਾ ਨਾ ਸਾਡੇ ਡੈਂਕਰ ਨੇ ਡਰਾਈਵਰ ਨੇ ਉਹਨੇ ਪਿਛਾਂ ਕੀਤੀ ਹੈ ਗੱਡੀ ਪਿਛਾਂ ਕੀਤੀ ਹੋਈ ਗੱਡੀ ਤੇ ਉਹਨੇ 100 ਦਮ ਰੇਜ਼ ਕੀਤੀ ਚੜਾਈ ਸੀ ਸਾਡੇ ਨਾਲ ਦੇ ਜਿਹੜੇ ਮੇਰੇ ਯਾਰ ਦੋਸਤਾਂ ਜਿੰਨੇ ਵੀ ਸਨ ਨਾ ਉਹ ਸਾਰੇ ਡਿੱਗ ਪਏ ਨੇ ਜਿੰਨੇ ਵੀ ਆਏ ਸਨ ਤਕਰੀਬਨ 4 4 ਫੁੱਟ ਡਾਲਾ ਉਤਾਂ ਗਿਆ ਪਿੱਛੋਂ ਤੇ ਪਿਛਲੇ ਸਾਰੇ ਡਿੱਗ ਪਏ ਸਨ ਉਹਨਾਂ ਨੂੰ ਉਹਨਾਂ ਫੜ ਲੈ ਤਰੇ ਬੰਦੇ ਸੀ ਬੱਚੇ ਸਨ ਇੱਕ ਪਠਾਨ ਸੀ ਤੇ ਇੱਕ ਮੇਰੇ ਨਾਲੇ ਕੋਰ ਦੋਸਤ ਸੀ ਦੋ ਦੋਸਤ ਮੇਰੇ ਫੜ ਗਏ ਸਨ ਉਹ ਵਾਪਸ ਆ ਗਏ ਸਨ ਤੇ ਉਧਰੋਂ ایران ایران ਤੋਂ ਹੀ واپس ਆ ਗਏ ਹਾਂਜੀ ایران ਤੋਂ واپس ਆ ਗਏ ਸਨ ਟੋਟਲ ਕਿੰਨੇ ਦਿਨ ਹੋ ਗਏ ਸਨ ਤੁਹਾਨੂੰ ਘਰੋਂ ਨਿਕਲੇ ਆ ਘਰੋਂ ਨਿਕਲੇ ਆ ਤੇ ਬਾਰਡਰ ਤੇ ਕਿੰਨੇ ਦਿਨ ਹੋ ਗਏ ਸਨ तकरीबन 18 ਤੋਂ 19 ਦਿਨ ਹੋ ਗਏ ਅੱਛਾ ਤੇ ਤੁਸੀਂ ਇਹ ਤੁਰਕੀ ਦੇ ਬਾਰਡਰ ਤੇ ਪਹੁੰਚੇ ਸੀ 15ਵਾਂ ਦਿਨ ਹੋਇਆ 15 ਦਿਨ ਠੀਕ ਹੈ ਤੇ 15ਵਾਂ ਦਿਨ ਸਾਨੂੰ ਉਹ ਹਨ ਪਾਕਿਸਤਾਨੋਂ ਤੁਰਕੀ ਦੇ ਬਾਰਡਰ ਤੇ ਗਏ ਆ ਤੇ ਉਥੋਂ ਜਦੋਂ ਇਹਾਨੂੰ ਉਹਨੇ ਇਹ ਆਖਿਆ ਕਿ ਭਾਈ ਅੱਜ ਰਾਤ ਨੂੰ ਫੇਰ ਤੁਹਾਨੂੰ ਉਹਨੇ ਚਾੜਨਾ ਤੇ ਅਸੀਂ ਥਕੇ ਹਾਂ ਪਹਿਲਾਂ ਚੜਦੇ ਹਾਂ ਲੈਂਦੇ ਹਾਂ ਚੜਦੇ ਹਾਂ ਲੈਂਦੇ ਹਾਂ ਅਸੀਂ ਥਾਗੇ ਸਾਂ ਅਸੀਂ ਆਖਿਆ ਯਾਰ ਆਪਣੇ ਜਿਹੜਾ ਨਾ ਸਾਨੂੰ ਯਾਰ ਤੇ ਸਾਡਾ ਟੈਂਕਰ ਬਦਲ ਤੇ ਯਾ ਸਾਡਾ ਰਾਹ ਬਦਲ ਅਹ ਜੱਟ ਨੂੰ ਗਿਆ ਹੈ ਤੇ ਉਹਨੇ ਆਖਿਆ ਚਲੋ ਕੋਈ ਕਰਨੇ ਆ ਤੇ ਅਗਲੇ ਦਿਨ ਜਿਹੜਾ ਨਾ ਉਸ ਉਸ ਰਾਤ ਵਾਲੇ ਦਿਨੋਂ ਤਕਰੀਬਨ 2 ਦਿਨ ਉਹਨੇ ਸਾਨੂੰ ਲਾਇਆ ਚਾੜਿਆ ਲਗਾਤਾਰ ਤੇ ਤੀਸਰੇ ਦਿਨ ਜਿਹੜਾ ਉਹਨੇ ਡੈਂਕਰ ਬਦਲਿਆ ਤੇ ਰਸਤਾ ਬਦਲਿਆ ਰਾ ਬਦਲਿਆ ਤੇ ਡੈਂਕਰ ਵੀ ਮੁੰਡਾ ਹੀ ਤਕਰੀਬਨ 18 ਸਾਲਾਂ ਦਾ ਤੇ ਉਹਨੇ ਜਿਹੜਾ ਨਾਲ ਸਾਨੂੰ ਨਾਲ ਲਿਆ ਆਵੇ ਲੋਕੇਸ਼ਨ ਤੇ ਗਿਆ ਹੀ ਨਾਲ ਲਿਆ ਆਵੇ ਤੇ ਆਪਣਾ ਅੱਗੇ ਅੱਗੇ ਉਹ ਜਾ ਰਿਹਾ ਪਿੱਛੇ ਪਿੱਛੇ ਹੀ ਜਾ ਰਿਹਾ ਉਥੋਂ ਜਿਹੜਾ ਉਹਨੇ ਸਾਨੂੰ ਬਾਰਡਰ ਕਰਾਸ ਕਰਾਇਆ ਉਹਨੇ ਪਹਿਲੀ ਗੇਮ ਵਿੱਚ ਸਾਨੂੰ ਅਪੜਾ ਦਿੱਤਾ ਨਵੇਂ ਡੈਂਕਰ ਨੇ ਪਹਿਲੇ ਗੇਮ ਦੇ ਵਿੱਚ ਸਾਨੂੰ ਉਹ ਪੜਾ ਦੀ ਬਾਰਡਰ ਕ੍ਰਾਸ ਕੀਤਾ ਹੈ ਬਾਰਡਰ ਕ੍ਰਾਸ ਕਰਕੇ ਇੱਕ ਤਾਰ ਸੀ ਅੱਗੇ ਬਾਰਡਰ ਤੋਂ ਵੀ ਅੱਗੇ ਇੱਕ ਤਾਰ ਆਈਏ ਉਹ ਆਪਣਾ ਹਾਂ ਕ੍ਰਾਸ ਕੀਤੀ ਹੈ ਤੇ ਅੱਗੇ ਆਪਣਾ ਤੁਰਕੀ ਦੇ ਵਿੱਚ ਵਰ ਗਏ ਆ ਤੁਰਕੀ ਦੇ ਵਿੱਚ ਵਰਿਆ ਅੱਗੇ ਇੱਕ ਐਮੂਲੈਂਸ ਆ ਗਈ ਹੈ ਐਮੂਲੈਂਸ ਆਈਏ ਤੇ ਡ੍ਰਾਈਵਰ ਨੇ ਭਾਈ ਆਪਣਾ ਇਸ਼ਾਰਾ ਸ਼ੂਰਾ ਕਰਾਇਆ ਫੋਨ ਕੀਤਾ ਨੂੰ ਤੇ ਅਸੀਂ ਤਾਂ ਡਰ ਗਏ ਉਹ ਆਈਏ ਆਪਣਾ ਗੱਡੀ ਵੱਜਾਈਏ ਤੇ ਉਹਨਾਂ ਨੂੰ ਤਾਂ ਪਤਾ ਹੀ ਸਾਡਾ ਸਾਡੀ ਗੱਡੀ ਐਮੂਲੈਂਸ ਆਈ ਸੀ ਜਿਹੜਾ ਨਾ ਉੱਥੇ ਬੈਠੇ ਆ ਤੇ ਡੈਕਰ ਉੱਠ ਕੇ ਟੁਰ ਪਿਆ ਨੈਕਰ ਘੂ ਆਗਾ ਅਸੀਂ ਆ ਗਏ ਆ ਐਮੂਲੈਂਸ ਦੇ ਵਿੱਚ ਬੈਠੇ ਆ ਤੇ ਜਿਹੜਾ ਤੁਰਕਾ ਹੀ ਨਾ ਉਹਨੇ ਆਖਿਆ ਵੈਲਕਮ ਹੋ ਗਿਆ ਤੁਹਾਡਾ ਤੁਰਕੀ ਆ ਗਿਆ ਤੁਸੀਂ ਤੇ ਅਸੀਂ ਆ ਗਏ ਚ ਉਹ ਸਹੀ ਐ ਅਸੀਂ ਉੱਥੇ ਐਮੂਲੈਂਸ ਦੇ ਵਿੱਚ ਬੈਠੇ ਹਾਂ ਹਾਨੂੰ ਰਾਹ ਤੇ ਵਿੱਚ ਲੈ ਗਿਆ ਰਾਹ ਤੇ ਵਿੱਚ ਲੈ ਗਿਆ ਉੱਥੇ ਸਾਨੂੰ ਨਾ ਤਕਰੀਬਨ ਨਾਲ 1-2 ਘੰਟੇ ਬਾਇਆ ਸਾਨੂੰ ਦੋ ਤੋਂ ਤਿੰਨ ਘੰਟੇ ਉੱਥੇ ਭਾ ਆਵੇ ਉਥੋਂ ਨਾ ਫੇਰ ਆਪਣਾ ਜਿਹੜਾ ਨਾਲ ਸਾਨੂੰ ਸਾਰੀਆਂ ਤਸਵੀਰਾਂ ਤੂ ਸੂਰਾਂ ਖਿੱਚ ਲਈਆਂ ਨੇ ਸਾਰਾ ਕੁਝ ਕਰ ਲਿਆ ਸਟੇ ਉਹਨਾਂ ਤੁਹਾਨੂੰ ਦਿੱਤਾ ਹੀ ਆਫਟਰ ਇਹਦਾ ਸਟੇ ਦਿੱਤਾ ਤੇ ਉਹਨਾਂ ਕਹੇ ਭਈ ਆਪਣਾ ਜੇ ਤੁਹਾਨੂੰ ਕੋ ਫੜੇ ਨਾ ਤੇ ਸਟੇ ਵਹਾ ਦੇਣਾ ਨਕਲੀ ਸਟੇ ਬਣਾ ਕੇ ਉਹਨਾਂ ਨੇ ਫਰਾਦ ਦਿੱਤਾ ਕਿਾ ਲੋ ਆਹਾਂ ਸਟੇ ਲੈ ਆਵੇ ਤੇ ਅੱਗੇ ਹੀ ਟੁਰ ਗਏ ਆ ਤੇ ਅਗਰ ਰੈਸ਼ ਚ ਗਏ ਆ ਜਿੱਥੇ ਆਪਣਾ ਪਹਿਹ ਕਰਵਾਣਾ ਹੈ ਪੇਮੈਂਟ ਕਰਵਾਣੀ ਸੀ ਉਥੇ ਲੈ ਗਏ ਨੇ ਉਥੇ ਜਿਹੜਾ ਨਾਲ ਸਾਨੂੰ ਉਹਨਾਂ ਦਾ ਭਾਈ ਰੱਖਿਆ ਹੈ ਚਾਰ ਕੁ ਦਿਨ ਬਾਇਆ ਹੈ ਸਾਰੇ ਸਾਡੇ ਪੈਸੇ ਨਹਾਨਾ 'ਤੇ ਹੁੰਦੇ ਤੇ ਉਥੇ ਹੀ ਬੈਠੇ ਰਹੇ ਆ ਕੀ ਕਿਹਾ ਉਹਨਾਂ ਨੇ ਤੁਹਾਨੂੰ ਅਸੀਂ ਉਥੇ ਮੈਂ ਨਾ ਸਾਡੇ ਪਾਕਿਸਤਾਨੀ ਬੜੇ ਜੇ ਬੈਠੇ ਸਨ ਜਿਨ੍ਹਾਂ ਦੇ ਪੈਸੇ ਹੋਣ ਵਾਲੇ ਸਨ ਕੋਈ ਕਈਆਂ ਨੂੰ ਉਹ ਹਫਤਾ ਹੋ ਗਿਆ ਕਈਆਂ ਨੂੰ 15 ਦਿਨ ਹੋ ਗਏ ਨੇ ਕਈਆਂ ਨੂੰ 20 ਦਿਨ ਹੋ ਗਏ ਉਹ ਨਹੀਂ ਜਾਣਦੇ ਉਥੇ ਠੀਕ ਹੈ ਤੇ ਤੁਸੀਂ ਚਾਰ ਦਿਨ ਰਹੇ ਹੋ ਨਾ ਕੋਲ ਜੀ ਠੀਕ ਹੈ ਤੇ ਪੈਸੇ ਫਿਰ ਕਿੰਨੇ ਕਿੰਨੇ ਦਿੱਤੇ ਨੇ ਕਿ ਕਿੰਨੇ ਕਿੰਨੇ ਏਜੰਟ ਨੂੰ ਪਹੁੰਚਾਏ ਪੈਸੇ ਏਜੰਟ ਨੂੰ ਪੂਰੇ ਪੈਸੇ ਦੇ ਚ ਨੇ ਦੇ ਦੇ ਰਿਹਾ ਕਿੰਨੇ ਪਹੁੰਚਾਏ ਸਰ 140000 ਨਹੀਂ ਮੇਰਾ ਮਤਲਬ ਹੈ ਕਿ 140000 ਕਿੰਨੇ ਦਿੱਤਾ ਤੁਹਾਡੇ ਘਾਰਾਂ ਨੇ ਦਿੱਤਾ ਘਾਰਾਂ ਲੈਂ ਦਿੱਤਾ ਕਿੰਜ ਦਿੱਤਾ ਉਹ ਹੀ ਫਾਰ ਕਰਕੇ 5000 10000 20000 25000 ਐਸੇ ਤਰ੍ਹਾਂ ਫਾਰ ਕਰਕੇ ਉਹਨਾਂ ਨੂੰ ਦਿੱਤਾ ਹੈ ਉਧਾਰ ਮੰਗ ਕੇ ਉਧਾਰ ਮੰਗ ਕੇ ਠੀਕ ਹੈ ਤੇ ਤੇ ਪਹੁੰਚਾਇਆ ਕਿੰਜ ਉਹ ਦੇਖੋ ਏਜੰਟ ਕੋ ਏਜੰਟ ਏਜੰਟ ਨੂੰ ਫੋਨ ਕੀਤਾ ਇਹਨਾ ਠੀਕ ਹੈ ਤੇ ਏਜੰਟ ਆਪ ਹੀ ਆਇਆ ਪੈਸੇ ਲੈਣੇ ਤੇ ਘਰ ਵਾਲੇ ਗਏ ਸਨ ਉਹਦੇ ਕਾਉਂਟ ਹੀ ਕੀਤੇ ਆ ਅੱਛਾ ਕਾਉਂਟ ਕਿਤੇ ਸਨ ਠੀਕ ਤੇ ਉਥੋਂ ਜਿਹੜਾ ਨਾ ਇਹ ਉਹਨਾ ਪਹਿਪੂਹ ਦਿੱਤੇ ਨੇ ਦੇ ਕੇ ਤੇ ਸਾਨੂੰ ਉਹਨਾ ਜਿਹੜਾ ਨਾ ਆਪਣਾ ਜਿਹੜਾ ਨਾ ਗੱਡੀਆਂ ਆਈਆਂ ਨੇ ਉਸ ਦਿਨ ਜਦੋਂ ਨਾ ਕਹਿੰਦਾ ਨਾ ਲਿਆ ਹੋਣਾ ਕੋਈ ਆ ਕਿਹਦਾ ਬੰਦਾ ਹੈ ਉਹਨਾਂ ਨਾ ਹੁੰਦੇ ਨੇ ਡੈਂਕਰਾਂ ਦੇ ਜਿਨ੍ਹਾਂ ਅੱਗੇ ਅਸੀਂ ਵਿਕੇ ਹੁੰਦੇ ਆ ਉਹ ਡੈਂਕਰਾਂ ਦਾ ਨਾਮ ਨਾਲ ਲਿਆ ਵੇ ਕੋਈ ਆ ਬੰਦੇ ਨੇ ਐ ਕਿਦੇ ਨੇ ਇਹ ਇਹ ਬੰਦਾ ਉੱਠ ਪਵੇ ਅਸੀਂ ਸਾਡਾ ਉਹਨਾਂ ਨਾਲ ਲਿਆ ਹੀ ਉੱਠ ਪਿਆ ਉੱਠਿਆਂ ਦੇ ਬਾਹਰ ਗਏ ਆ ਗੱਡੀ 'ਚ ਬੈਠੇ ਆ ਤੇ ਇੱਕ ਬੰਦ ਗੱਡੀ ਆ ਜਿਸ ਤਰ੍ਹਾਂ ਕਿ ਸਾਡੀ ਆ ਆਪਣਾ ਟੋਟਾ ਨਹੀਂ ਹੁੰਦਾ ਇੰਨਾ ਨੂੰ ਵੱਡੀ ਹੁੰਦੀ ਹੈ ਇੰਨਾ ਵੱਡੀ ਹੁੰਦੀ ਹੈ ਗੱਡੀ ਦੇ ਉਹਦੇ ਵਿੱਚ ਕਮਜ਼ੁਕਮ ਜਿਹਰਾਂ ਨਾਲ 50 ਤੋਂ 60 ਬੰਦੇ ਉਹਦੇ ਵਿੱਚ ਵੜੇ ਆ ਇਹਦੇ ਕੋਈ 50 60 ਬੰਦੇ ਨਹੀਂ ਵਰਦੇ ਲੇਕਿਨ ਉਹਨਾਂ ਸੀਟਾਂ ਟੁੱਟਾਂ ਸਾਰੀਆਂ ਚੁੱਕ ਸ਼ਰੀਆਂ ਸਨ ਤੇ ਸਾਨੂੰ ਉਹਨਾ ਭਾਗੇ ਇੰਨਾ ਕੋ ਵਕਫਾ ਮਸਨਗੇ 2 ਇੰਚ ਦਾ ਵਕਫਾ ਨਹੀਂ ਹੁੰਦਾ ਉਹਦੇ ਵਿੱਚ ਅਸੀਂ ਫਸ ਕੇ ਗਏ ਆ ਅੱਗੇ ਜਾ ਕੇ ਨਾ ਉਹਨਾ ਸਾਨੂੰ ਲਾ ਚ ਰਿਆ ਸਮੁੰਦਰ ਦੇ ਕੋਲ ਸਮੁੰਦਰ ਕੋ ਲਾਇਆ ਵੀ ਫਿਰ ਉਹਨਾ ਸਾਨੂੰ ਸਮੁੰਦਰ ਕੋ ਲਾਇਆ ਉਹਨਾ ਆਖਿਆ ਇੰਨੇ ਘੰਟੇ ਇਥੋਂ ਟੁਰੋ ਮਸਨਗੇ ਇਥੋਂ ਟੁਰ ਕੇ ਤੁਹਾਂ ਉਹ ਕਸ਼ਤੀ ਕੋਲ ਜਾਣਾ ਸਾਰੇ ਨਾਲ ਡੇਂਗਰ ਸਾਨੂੰ ਲੈ ਕੇ ਉਥੇ ਕਸ਼ਤੀ ਕੋਲ ਗਿਆ ਕਸ਼ਤੀ ਕੋ ਗਿਆ ਕਸ਼ਤੀ ਉਧਰ ਕਸ਼ਤੀ ਵੀ ਉਧਰੋਂ ਲੱਗੀ ਹੁੰਦੀ ਸੀ ਉਥੇ ਉਹਨਾਂ ਕश्ती ਖਿਡਾਰੀ ਆ ਸਾਰੇ ਜਿਹੜੇ ਆ ਨਾ ਦੇਖ ਚਾ ਕੇ ਨਾ ਡੇਕ ਨੇ ਉਹਨਾਂ ਆਖਿਆ ਬਹਿ ਜਾ ਸਮੁੰਦਰ ਦੇ ਵਿੱਚ ਹੀ ਬੈਠੇ ਆ ਤਕਰੀਬਨ ਜਿਹੜਾ ਨਾ 4 ਕੁ ਘੰਟੇ ਉਹਨਾਂ ਟੋਰੀ ਕश्ती ਕश्ती ਵੱਡੀ ਸੀ ਛੋਟੀ ਸੀ ਕਈ ਸੀ ਵੱਡੀ ਹੀ 182 ਬੰਦੇ ਸਾਂ ਉਹਦੇ ਚ ਜੁੜ ਜੁੜ ਕੇ ਬੈਠੇ ਸੋ ਜਾਂ ਨਹੀਂ ਨਹੀਂ ਸਹੀ ਬੈਠੇ ਆ ਠੀਕ ਲੇਕਿਨ ਸਰਦੀ ਬੜੀ ਹੀ ਜੈਕਟਾਂ ਵਗੈਰਾ ਚਾਦਰਾਂ ਵਗੈਰਾ ਸਾਰਾ ਕੁਝ ਜਿਹੜਾ ਨਾ ਗਿੱਲੀਆਂ ਹੋਈਆਂ ਸਨ ਪਾਣੀ ਦੇ ਨਾਲ ਤੇ ਠੰਡ ਨਾਲ ਕਮਨ ਦੇ ਸਨ ਉਥੋਂ ਜਿਹੜਾ ਨਾ ਸਾਨੂੰ ਉਹਨੇ ਅਗਾ ਜਾ ਕੇ ਲਾਇਆ ਵੇ ਇੱਕ ਨਾਰੇ ਤੇ ਉਥੋਂ ਜਿਹੜਾ ਨਾ ਸਾਡੇ ਕੋਲ ਆਈਏ ਗੱਡੀ ਉਹਨੇ ਸਾਨੂੰ ਤਕਰੀਬਨ ਜਿਹੜਾ ਨਾ 2 ਕੁ ਘੰਟੇ ਗੱਡੀ ਟੋੜ ਕੇ ਨਾ ਅੱਗੇ ਰੋਡ ਤੇ ਲਾਛ ਰਿਆ ਹੋਟਲ ਦੇ ਸਾਹਮਣੇ ਤੇ ਹੋਟਲ ਦੇ ਸਾਹਮਣੇ ਲਾਇਆ ਵੇ ਉਹਨਾਂ ਆਖਿਆ ਇੱਥੋਂ ਜਿਹੜਾ ਨਾ ਐਨੇ ਕਿਲੋਮੀਟਰ ਜਾਓ ਅੱਗੇ ਟਰਮੀਨਲ ਆਏਗਾ ਬੱਸ ਸਟੈਂਡ ਆਏਗਾ ਉੱਥੇ ਜਾਓ ਤੇ ਉੱਥੇ ਹੀ ਗਏ ਆ ਤਕਰੀਬਨ ਜਿਹੜਾ ਨਾ ਕੁ ਉਣੀ ਤੋਂ 3 ਕਿਲੋਮੀਟਰ ਹੋਣਾ ਹੈ ਦੂਰ ਪੈਦਲ ਤੇ ਅਸੀਂ ਉਥੇ ਗਏ ਆ ਟਰਮੀਨਲ ਤੇ ਬੱਸ ਸਟੈਂਡ ਤੇ ਉਥੇ ਗਏ ਆ ਉੱਥੇ 2 ਤੋਂ 3 ਦਿਨ ਅਸੀਂ ਉਥੇ ਰਹੇ ਆ ਸਟੈਂਡ ਤੇ ਰਹੇ ਹੋ ਜੀ 2 ਦਿਨ ਉਥੇ ਰਹੇ ਬਾਹਰੀ ਬਾਹਰ ਉਥੇ ਅਸੀਂ ਬਾਹਰ ਹੀ ਰਹੇ ਆ ਆਪਣਾ ਜਿਹੜਾ ਨਾ ਬਾਹਰੀ ਮਤਲਬ ਓਪਨ 에ਅਰ ਮੇ ਹੀ ਓਪਨ ਹੀ ਥੱਲ ਉੱਥੇ ਕੋਈ ਛੱਤ ਨਹੀਂ ਕੋਈ ਛਾਂ ਨਹੀਂ ਹੈ ਨਾ ਉੱਤੇ ਲੰਨ ਕੋਈ ਛਾਂ ਠੰਡ ਵੀ ਲੱਗਦੀ ਸੀ ਵੇ ਇਹ ਅਹੀ ਨਾ ਏਜੰਟ ਨੂੰ ਕਾਲ ਕੀਤੀ ਏ ਏਜੰਟ ਆਂਦਾ ਤੁਹਾਨੂੰ ਉਹਨੇ ਆ ਗੱਡੀ ਲੈ ਜਾਂਦੀ ਥੋੜੀ ਦਿਨ ਨੂੰ ਲੈ ਜਾਂਦੀ ਏ ਤੇ ਘੰਟੇ ਨੂੰ ਲੈ ਜਾਂਦੀ ਗੱਡੀ ਦੋ ਦਿਨ ਕੋਈ ਨਾ ਆਏ ਦੋ ਦਿਨ ਤੁਸੀਂ ਉਥੇ ਰਹੋ ਦੋ ਦਿਨ ਅਹੀ ਉਥੇ ਰਹੇ ਆ ਤੇ ਅਹੀ ਆਪਣਾ ਜਿਹੜਾ ਨਾ ਉਥੇ ਦੁਕਾਨਾਂ ਤੇ ਜਾ ਕੇ ਜਿਹੜਾ ਨਾ ਕੋਈ ਜਿਹੜੀ ਕੋਈ ਸ਼ੈ ਲੱਭਦੀ ਉਹ ਖਾਪ ਹੀ ਲੈਨੇ ਆ ਕੋਈ ਕੰਮ ਕਰਦੇ ਆ ਕੋਈ ਮੰਡੀ ਟੁਰ ਜਾਂਦੇ ਆ ਤੇ ਉਥੋਂ ਜਿਹੜੀ ਕੋਈ ਉਹਨਾਂ ਦੇਂਦੀ ਉਹ ਖਾਪ ਹੀ ਲੈਣੀ ਆਰ ਗੁਜ਼ਾਰਾ ਕਰਨਾ ਹੀ ਤੇ ਉਥੋਂ ਤੁਹਾਨੂੰ ਨਾ ਦੋ ਦਿਨਾਂ ਬਾਦੂ ਉਹਨੇ ਟਿਕਟਾਂ ਘਰਾ ਕੇ ਦਿੱਤੀਆਂ ਬਸ ਦੀ ਟੇ ਟੰਗ ਰਾ ਕੇ ਦਿੱਤੀਆਂ ਫਿਰ ਹਾਨੂੰ ਨਾ ਜਿਹੜਾ ਨਾ ਅਗਲੇ ਜਿਹੜਾ ਨਾ ਸਟੈਂਡ ਤੇ ਲਾ ਦਿੱਤਾ ਬਸ ਸਟੈਂਡ ਤੇ ਉਥੇ ਲਾਇਆ ਹੋਇਆ ਸ਼ਹਿਰ ਕਿਹੜਾ ਸੀ ਸ਼ਹਿਰ ਪਹਿਲੇ ਪਹਿਲਾ ਜਿਹੜਾ ਸੀ ਨਾ ਉਹ ਤਤਵਾਨ ਸੀ ਤਤਵਾਨ ਟਰਮੀਨਲ ਸੀ ਜਿੱਥੇ ਤੁਸੀਂ ਦੋ ਦਿਨ ਗੁਜ਼ਾਰੇ ਜਿੱਥੇ ਦੋ ਦਿਨ ਗੁਜ਼ਾਰੇ ਨੇ ਠੀਕ ਅੱਗੇ ਗਏ ਆ ਅੱਗੇ ਵੀ ਉਹਨੇ ਇੰਜੀ ਕੀਤਾ ਦੋ ਘੰਟਾ ਡੇਰ ਦੋ ਘੰਟੇ ਚਲਾ ਕੇ ਨਾ ਗੱਡੀ ਸਾਨੂੰ ਉਹਨੇ ਉਥੇ ਲਾ ਛੜਿਆ ਲਾ ਕੇ ਜਿਹੜਾ ਉਹਨਾਂ ਨੇ ਕਿਹਾ ਇੰਜ ਇੰਜ ਅੱਗੇ ਜਿਹੜਾ ਨਾ ਟਰਮੀਨਲ ਜੇ ਬੱਸ ਸਟੈਂਡ ਉਥੇ ਟੁਰ ਜੂ ਉੱਥੇ ਗਏ ਆ ਤੋਦੇ ਜਿਹੜਾ ਨਾ ਪੁੱਛਦੇ ਕਿ ਛਾਂਦੇ ਜਿਹੜਾ ਨਾ ਉੱਥੇ ਅਪੜ ਗਏ ਆ ਟਰਮੀਨਲ ਨਾਲ ਲੈਨੇ ਹਨਾ ਤੇ ਉਹ ਦਾ ਸ਼ਾਇਦ ਇਹਨਾਂ ਕਿ ਇੰਨੀ ਦੂਰ ਹੈ ਤੇ ਅਸੀਂ ਉੱਥੇ ਅਪੜੇ ਆ ਉੱਥੇ ਜਿਹੜਾ ਉਹਨੇ ਫੇਰ ਆਪਣੇ ਜਿਹੜਾ ਨਾ ਟਿਕ ਟਕ ਕਰਾਈਆਂ ਨੇ ਉੱਥੇ ਜਿਹੜਾ ਨਾ ਅਸੀਂ ਕਦੀ ਬਾਹਰ ਕਦੀ ਅੰਦਰ ਕਦੀ ਬਾਹਰ ਤੇ ਉਫਰ ਪੁਲਿਸ ਵਾਲੇ ਆ ਗਏ ਤੇ ਅਸੀਂ ਜਿਹੜਾ ਲੁਕੇ ਹਾਂ ਉੱਥੋਂ ਲੁਕੇ ਹਾਂ ਤੇ ਪੁਲਿਸ ਫੌਜੀ ਉਹ ਫੌਏ ਦੇ ਬੰਦੇ ਆਏ ਨੇ ਤੇ ਉਹਨਾਂ ਨੇ ਕਿਹਾ ਇੱਥੇ ਨਬੂ ਉਹਨਾਂ ਫੜਿਆ ਨਹੀਂ ਅਸੀਂ ਡਰ ਕੇ ਨਸਨ ਲਗੇ ਤਾਂ ਇੱਕ ਅੱਧਾ ਮੁੰਡਾ ਨਸਿਆ ਵੀ ਤੇ ਉਹਨਾਂ ਆਖਿਆ ਇੱਥੇ ਨਾ ਬਹੂ ਉਧਰ ਟੁਰ ਜਾਓ ਉਹਨਾਂ ਨੂੰ ਆਖਿਆ ਕੁਝ ਨਹੀਂ ਆ ਉਹਨਾਂ ਸਿਰਫ ਇੰਨੀ ਕੋ ਗੱਲ ਕੀਤੀ ਤੇ ਅਸੀਂ ਉੱਥੇ ਕੋ ਉਧਰ ਟੁਰ ਗਏ ਆ ਉਥੋਂ ਉੱਠ ਕੇ ਫਿਰ ਦਵਾਲੇ ਫਿਰਦੇ ਟੁਰਦੇ ਰਹੇ ਆ ਤੇ ਉਹਨਾਂ ਆਫਰ ਏਜੰਟ ਨੂੰ ਕਾਲ ਕੀਤੀ ਏਜੰਟ ਆਂਦਾ ਤੁਹਾਡੀ ਟਿਕਟ ਹੋ ਗਈ ਏ ਤਾਂ ਸ਼ਾਮ ਨੂੰ ਤੁਸੀਂ ਟੁਰ ਜਾਓ ਗੱਡੀ 'ਚ ਬੈ ਜਾਓ ਉਥੋਂ ਬੈਠੇ ਆ ਤੇ ਅਗਲੇ ਅਗਲੇ ਜਿਹੜਾ ਨਾ ਬੱਸ ਸਟੈਂਡ ਤੇ ਪੜ ਗਏ ਬੱਸ ਸਟੈਂਡ ਤੇ ਗਏ ਤੇ ਉਥੋਂ ਜਿਹੜਾ ਨਾ ਹਾਂ ਨਾ ਇਸਤੰਬੁਲ ਆ ਪੜ ਗਏ ਉਹ ਉਹ ਬੱਸ ਸਟੈਂਡ ਤੋਂ ਅਗਲੇ ਬੱਸ ਸਟੈਂਡ ਤੇ ਇਸਤੰਬੁਲ ਆ ਪੜ ਗਏ ਉਥੇ ਜਾ ਕੇ ਜਿਹੜਾ ਨਾ ਆਪਣੀ ਜੈਂਟ ਨੂੰ ਕਾਲ ਕੀਤੀ ਤੇ ਇਹ ਜੈਂਟ ਨੇ ਪਾਕਿਸਤਾਨ ਪਾਕਿਸਤਾਨ ਜਨਾ ਤੇ ਉਹਨੂੰ ਕਾਲ ਕੀਤੀ ਉਹਨੇ ਫਿਰ ਅਗੋਂ ਆਪਣਾ ਤੁਰਕੀ ਉਹਨੂੰ ਕਾਲ ਕੀਤੀ ਤੇ ਉਹ ਆਂਦਾ ਜਿਆ ਜਿਆ ਪੜ ਗਏ ਨੇ ਮੁੰਡੇ ਇਹਨਾਂ ਨੂੰ ਆਗ ਲੈ ਜਾ ਉਹ ਆਇਆ ਵੇ ਤੇ ਉਥੋਂ ਜਿਹੜਾ ਨਾ ਸਾਨੂੰ ਆ ਗੱਡ ਘਰ ਲੈ ਗਏ ਤੇ ਉਹ ਸੇ ਬੈਠੇ ਰਹੋਤੇ ਗੱਲਾਂ ਬਾਤਾਂ ਕਰਨ ਲੱਗ ਪਏ ਉਹਨਾਂ ਨੇ ਘਾਰ 에ਜੰਟ ਦੇ ਤੇ ਉਥੋਂ ਜਿਹੜਾ ਨਾ ਪਹਿਲੇ ਦਿਨ ਅਸੀਂ ਕੰਮ ਤੇ ਗਏ ਦੋ ਅਗਲੇ ਦਿਨ ਹੀ ਦੋ ਕੁ ਦਿਨ ਲੋਗੇ ਉਹਨਾਂ ਨੇ ਤੀਸਰੇ ਦਿਨ ਸਾਨੂੰ ਕੰਮ ਤੇ ਲਾ ਗਿਆ 에ਜੰਟ 에ਜੰਟ ਸਹੀ ਤੇ ਉਹਨੂੰ ਆਹ ਆ ਵੀ ਆ ਗਈ ਹੈ ਆ ਗਿਆ ਹੈ ਕੰਮ ਤੇ ਜਨਾ ਹਾਲਾਂਕਿ ਸਾਡੇ ਪੈਰ ਪੂਰ ਸਾਰੇ ਗਲ ਗਏ ਸਨ ਉਥੋਂ ਜਿਹੜਾ ਨਾ ਤੀਸਰੇ ਕੁ ਦਿਨ ਜਿਹੜਾ ਅਸੀਂ ਕੰਮ ਤੇ ਗਏ ਆ ਤੇ ਅਸੀਂ ਉਹਨੂੰ ਆਪ ਹੀ ਬਕਾਇਦਾ ਆ ਕੇ ਅਸੀਂ ਕੰਮ ਤੇ ਜਾਂਦੇ ਆ ਪੈਰਪੂਰ ਸਾਡੇ ਸਾਰੇ ਗਲਿਆਂ ਨੇ ਫਿਰ ਉਹਨੇ ਜੁੱਤੀ ਕਪੜਾ ਜੋਗੋ ਜੋਦੂ ਬੋਲੇ ਐੇ ਨਾ ਇਹ ਏਜੰਟ ਕੋਲ ਉਹਨੇ ਸਾਨੂੰ ਦਿੱਤਾ ਕਿ ਆ ਲੋ ਪਾ ਲੋ ਬਹੁਤੀ ਦੋ ਉਹਨੇ ਨਾ ਖੈ ਲੋ ਪਾ ਲੋ ਅਹੀਂ ਪਾ ਪੂ ਕੇ ਫਿਰ ਪੈਰਪੂਰ ਸਹੀ ਥੋੜਾ ਬਾਧਾ ਚੱਲਣ ਲੈ ਤੁਰੰਡ ਐ ਬੇ ਤੇ ਯੂ ਨਾ ਆਖਿਆ ਭਾਈ ਆਪਣਾ ਜਿਹੜਾ ਨਾ ਹਸਪਤਲ ਤੇ ਜਾਂ ਸਾਨੂੰ ਤੀਸਰੇ ਦਿਨ ਕੰਮ ਤੇ ਲਾਇਆ ਗਿਆ ਸੀ ਕੰਮ ਤੇ ਗਏ ਹਫਤਾ ਲਾਇਆ ਵੇ ਠੀਕ ਕੰਮ ਸੀ ਕੰਮ ਸਲਾਈ ਦਾ ਕੰਮ ਸੀ ਤੇ ਹੈਲਪਰੀ ਕਰਦੇ ਸਾਂ ਤੇ ਹੈਲਪਰੀ ਕਰਦੇ ਹਾਂ ਤੇ ਉਥੇ ਜਿਹੜਾ ਨਾ ਜਾ ਸੀ ਕਿ ਵਕ ਤਕਰੀਬਨ ਜਿਹੜਾ 3 ਸਾਲ ਉਥੇ ਉਸੇ ਫੈਕਟਰੀ ਜਿਹੜੀ ਫੈਕਟਰੀ ਚ ਛੱਡ ਕੇ ਆਇਆ ਹੈ ਨਾ ਉਸ ਫੈਕਟਰੀ ਦੇ ਵਿੱਚ ਤਰੇ ਸਾਲ ਕੰਮ ਕੀਤਾ ਤੁਸੀਂ ਤਰੇ ਸਾਲ ਉਥੇ ਰਹੇ ਹੋ ਜੀ ਜਾਣ ਤੋਂ ਬਾਅਦ ਇਥੋਂ ਇਥੋਂ ਜਾਣ ਤੋਂ ਬਾਅਦ ਤੁਸੀਂ ਤਰੇ ਸਾਲ ਉਥੇ ਕੰਮ ਕੀਤਾ ਜ ਤੁਹਾਨੂੰ ਕਿੰਨੇ ਪੈਸੇ ਦੇਣੇ ਸਨ ਫੈਕਟਰੀ ਵਾਲੇ ਫੈਕਟਰੀ ਵਾਲੇ ਦੇਣੇ ਸਨ ਸਾਨੂੰ 800 ਉਸ ਟਾਈਮ ਰੇਟ ਸਹੀ ਸੀ ਲੇ ਰੇ ਤਾਂ ਨਾ تیر ਵੀ ਇਹ ਤੇ ਸਾਨੂੰ 4 ਤੋਂ 500 ਰੁਪਏ ਹਫਤਾ ਦਿੰਦੇ ਸਨ ਸਾਨੂੰ ਇਹ ਨਹੀਂ ਸੀ ਪਤਾ ਕਿ ਸਿਆਸਮਕਲ ਹੋ ਗਏ ਅੱਛਾ ਨਹੀਂ ਤੁਸੀਂ ਦੱਸੋ ਕਿ ਤੁਸੀਂ ਉੱਥੇ ਸੋਚਦੋ ਤੇ ਤੁਸੀਂ ਕੰਮ ਤਨਖਾਹ ਤੇ ਕੰਮ ਕਰਦੇ ਰਹੇ ਸਾਰਾ ਕੁਝ ਉਧਰ ਹੈ ਜੀ 3 ਸਾਲ ਤੁਸੀਂ گزار ਲਏ 3 ਸਾਲ ਬਾਅਦ ਕੀ ਹੋਇਆ 3 ਸਾਲ ਬਾਅਦ ਅਸੀਂ ਉੱਥੇ ਇੱਕ ਫੈਕਟਰੀ 'ਚ ਕੰਮ ਲੱਗੇ ਸਾਂ ਤੇ 10 ਵਜੇ ਦਾ ਹੀ ਨਾਸ਼ਤਾ ਕਰ ਰਹੇ ਸਾਂ ਤੇ ਉਥੋਂ ਹੀ ਜਰੀ ਨਾਲ ਪੁਲਿਸ ਆ ਗਈ ਸੀ ਫੈਕਟਰੀ ਦੇ ਵਿੱਚ ਉਹਨਾਂ ਸਾਨੂੰ ਉੱਥੇ ਬੈਠੇ ਸਾਂ ਤੇ ਸਾਨੂੰ ਨਾ ਕਿ ਭਾਈ ਆਪਣਾ ਨਾਸ਼ਤਾ ਇਹ ਕਿ ਕਹਨ ਵਾਲਾ ਲਾਇਆ ਸਾਨੂੰ ਨੇ ਤਾਂ ਉੱਥੋਂ ਚਲੀਏ ਤੇ ਅਸੀਂ ਆਪਣਾ ਜਿਹੜਾ ਨਾ ਬੈਠ ਰਹੇ ਹਾਂ ਰੋਟੀ ਖਾਂਦੇ ਆਂ ਆਖੇ ਰੋਟੀ ਖਾ ਕੇ ਜਾਵਾਂਗੇ ਆਖਿਆ ਨਹੀਂ ਤੁਹਾਨੂੰ ਉੱਥੇ ਠਾਣੇ ਜੀ ਜਾ ਕੇ ਦਾਂਗੇ ਤੇ ਅਸੀਂ ਆਖਿਆ ਚਲੋ ਸਹੀ ਹੈ ਹੀ ਉੱਥੇ ਫਿਰ ਬੈਠ ਰਹੇ ਸਾਨੂੰ ਉਹਨਾਂ ਨੇ ਹੱਥ ਕਰੀ ਲਈਏ ਜਿਹੜਾ ਜ਼ਿਆਦਾ ਬੋਲ ਰਿਹਾ ਇਸ ਨਾ ਮੈਂ ਹਾਂ ਤੇ ਇੱਕ ਮੇਰਾ ਇਹ ਦੋਸਤ ਸੀ ਉਹਨਾਂ ਨੇ ਸਾਨੂੰ ਹੁੰਦੇ ਸਾਰੇ ਪੁੱਛਿਆ ਵੇ ਕੋਈ ਸਾਰਿਆਂ ਕਿ ਤੁਹਾੜਾ ਕੋਡ ਹੈ ਅਸੀਂ ਆਖਿਆ ਨਹੀਂ ਹੈ ਦੋ ਮੁੰਡਿਆਂ ਤਰ੍ਹਾਂ ਨਹੀਂ ਆਖਿਆ ਸਰ ਕੋਈ ਨਹੀਂ ਹੈ ਜਿਹੜੂ ਕੋਲੇ ਆਹੀ ਉਹਨੇ ਆਪਣਾ ਕਾਰਡ ਕੱਢ ਕੇ ਵਹਾਇਆ ਉੱਥੇ ਹੀ ਬੈਠਾ ਰਿਆ ਜਿਹੜਾ ਲੀਗਲ ਸੀ ਤੇ ਅਸੀਂ ਅਨਲੀਗਲ ਸਾਨੂੰ ਫਰਕ ਲੈ ਗਏ ਨੇ ਦੋ ਇੱਕ ਮੁੰਡਾ ਜਿਹੜਾ ਅਸੀਂ ਨਸ ਗਿਆ ਸੀ ਤੇ ਦੋ ਹੀ ਫਰਕ ਤੇ ਸਾਂ ਨਾ ਉਹ ਉੱਥੋਂ ਸਾਹਮਣੇ ਨਸ ਗਿਆ ਉਹਨਾਂ ਉਹਨਾਂ ਬਾਹਰ ਕੱਢਿਆ ਸੀ ਨਾ ਤੇ ਨਾਲ ਹੀ ਅੱਗੇ ਲਾ ਕੇ ਨਸ ਗਿਆ ਸੀ ਉਹਨੂੰ ਉਹਨਾਂ ਹੱਥ ਕਰੀ ਨਹੀਂ ਲਾਈ ਐ ਮੈਂ ਹਾਂ ਤੇ ਇੱਕ ਹੋਰ ਮੁੰਡਾ ਹੀ ਉਹਨੂੰ ਦੋਹਾਂ ਨੂੰ ਸਾਨੂੰ ਪਾਕਿਸਤਾਨੀ ਸੀ ਜਿਹੜਾ ਨਸ ਕੇ ਗਿਆ ਜੀ ਜਿਹੜਾ ਨਸ ਕੇ ਗਿਆ ਉਹ ਪਾਕਿਸਤਾਨੀ ਸੀ ਜੀ ਪਾਕਿਸਤਾਨੀ ਚਾਲ ਗੁਰਦਾ ਸੀ ਬਾਅਦ ਚ ਕੀ ਬਣਿਆ ਤਾਂ ਬਾਅਦ ਵਿੱਚ ਕੁਝ ਵੀ ਨਹੀਂ ਉੱਥੇ ਰਿਹਾ ਹਾਂਜੀ ਉਹ ਇਹ ਵੀ ਉੱਥੇ ਹੀ ਠੀਕ ਐ ਚਾ ਫਿਰ ਤੁਸੀਂ ਆਪਣੀ ਸਟੋਰੀ ਸੋ ਤੇ ਉਥੋਂ ਜਿਹੜਾ ਨਾ ਬੈਠੇ ਉਹਨਾਂ ਨਾਸ਼ਤਾ ਕਰਨਦੇ ਆ ਤੇ ਉਹਨਾਂ ਨਾਲ ਜਿਹੜਾ ਨਾ ਸਾਨੂੰ ਉਹਨਾਂ ਹੱਥ ਕਰੀ ਲਾ ਲਈ ਹੱਥ ਕਰੀ ਲਈਏ ਹੱਥ ਕਰੀ ਲਾ ਗੋ ਉਹਨਾਂ ਜਿਹੜਾ ਨਾ ਪਿੱਛੇ ਬੰਨ ਲਈ ਐ ਪਿੱਛਲੇ ਬਾਵਾ ਦੇ ਤੇ ਇਹ ਆਪਣੀ ਲਤਾਂ ਨੇ ਥਲੋਂ ਦੀ ਹੱਥ ਕਰੀ ਕਰਕੇ ਫਿਰ ਐ ਸਾਹਮਣੇ ਰੱਖ ਲਈ ਉਹਨਾਂ ਨਾਲ ਹੀ ਸਾਨੂੰ ਉਹਨਾਂ ਪਹਿਲਾਂ ਤੇ ਚਲੋ ਇੱਕ ਅੱਧ ਨਵਾਲਾ ਲਾ ਲਾਂ ਨਾ ਫਿਰ ਉਹਨਾਂ ਸਾਨੂੰ ਨਾਲ ਹੀ ਜਿਹੜਾ ਨਾ ਸ਼ਾਇਦ ਖੋਲ ਹੀ ਦੇਣੇ ਨਾਲ ਹੀ ਉਹਨਾਂ ਸਾਨੂੰ ਆਪਣਾ ਫੜਿਆ ਨਾ ਗੱਡੀ ਗੱਡੀਆਂ ਲੈ ਕੇ ਨੇ ਹਾਂ ਜੇ ਮਾਲਕ ਨੇ ਉਹ ਆਂਦੇ ਰੇ ਨੇ ਕੋਈ ਛੱਡਦੇ ਉਹਨਾਂ ਤਰਲੇ ਮੈਂ ਤਾਂ ਕੀਤੇ ਨੇ ਆਹਰ ਉਹਨਾਂ ਦਾ ਕੰਮ ਬੰਦ ਹੁੰਦਾ ਤੇ ਉਹਨਾਂ ਜਿਹੜਾ ਨਾ ਸਾਨੂੰ ਭਾਇਆ ਗੱਡੇ ਚ ਇੱਕ ਮੁੰਡਾ ਦੱਸ ਕੇ ਦੋ ਹੀ ਬੈ ਗੇ ਸਨ ਉਹਦਾ ਹੱਥ ਕੜੀਆਂ ਵੀ ਕੋ ਨਹੀਂ ਲੱਗੀਆਂ ਤੇ ਉਹ ਥੋੜਾ ਜਿਹਾ ਹਿਸ਼ਾਰ ਚ ਲਾਕ ਸੀ ਉਹ ਨਸ ਗਿਆ ਤੇ ਹਾਂ ਉਹਨਾਂ ਦੋਵਾਂ ਨੂੰ ਭਾਗਿਆ ਤੇ ਥਾਣੇ ਲੈ ਗਏ ਨੇ ਥਾਣੇ ਲੈ ਗਏ ਨੇ ਉੱਥੇ ਜਿਹੜਾ ਨਾ ਲਹਿਦ ਲੁਹਦੇ ਰਹੇ ਨੇ ਤੁਸੀਂ ਕਿੰਜ ਆਏ ਹੋ ਕੀ ਕੀਤਾ ਤੁਸੀਂ ਸਾਰਾ ਦੱਸਿਆ ਉਹਨਾਂ ਨੂੰ ਇਹ ਲੀਗਲ ਤਰੀਕੇ ਤੋਂ ਆਏ ਆ ਇਹ ਆ ਡੈਂਕੀ ਲਾ ਕੇ ਆਏ ਆ ਅਨਲੀਗਲ ਆਏ ਆ ਅਹਰ ਉਹਨਾਂ ਨੂੰ ਪਤਾ ਤਾਂ ਹੈ ਇਹਨਾਂ ਨੂੰ ਕਾਰਗੁੰਨੀ ਹੈ ਡੇਂਗੀ ਲਾ ਕੇ ਆਏ ਨੇ ਫਿਰ ਵੀ ਪੁੱਛਦੇ ਰਹਿੰਦੇ ਤੁਹਾਨੂੰ ਇੱਥੇ ਕਿੰਨੀ ਦੇਰ ਹੋ ਗਈ ਹੈ ਰਹਿੰਦੇ ਹੋਵੇਂ ਕਿਵੇਂ ਰਹਿੰਦੇ ਹੋਵੇ ਤੇ ਸਾਨੂੰ ਇਹ ਉਹ ਕਹਿ ਰਹੇ ਹਨ ਕਿ ਹੋਰ ਵੀ ਬੰਦੇ ਭਰਾਓ ਭਾਈ ਤੁਹਾਨੂੰ ਛੱਡ ਦਾਂਗੇ ਜਦੋਂ ਅਸੀਂ ਗੱਡੀ ਦੇ ਵਿੱਚ ਸਾਨੂੰ ਸਾਨੂੰ ਉਹਨਾਂ ਆਖਿਆ ਤੁਹਾਨੂੰ ਹੋਰ ਬੰਦੇ ਭਰਾਓ ਤੁਹਾਨੂੰ ਛੱਡ ਦਾਂਗੇ ਨਾਲੇ ਜਿਹੜਾ ਮੁੰਡਾ ਦੱਸਿਆ ਉਹਨੂੰ ਭਰਾਓ ਤੁਹਾਨੂੰ ਛੱਡ ਦਾਂਗੇ ਇਹ ਆਖਿਆ ਵੇਖੋ ਜਿਨ੍ਹਾਂ ਦੀ ਰੋਜ਼ੀ ਲੱਗੀ ਹੈ ਅਸੀਂ ਉਹਨਾਂ ਦੀ ਰੋਜ਼ੀ ਰੋਜ਼ੀ ਤੇ ਕਿਉਂ ਲੱਤ ਮਾਰੀ ਹੈ ਇਹ ਆਖਿਆ ਸਹੀ ਹੈ ਸਾਨੂੰ ਤੁਸੀਂ ਲੈ ਜਾਓ ਠਾਣੇ ਤੇ ਸਾਡੀ ਕਿਸਮਤ ਹੋਈ ਤੇ ਛੋਟ ਜਾਗੇ ਨਹੀਂ ਤੇ ਪਾਕਿਸਤਾਨ ਦੇ ਅੱਗੇ ਹਾਂ ਜਾਣਾ ਉੰਜ ਸਾਨੂੰ ਪਤਾ ਹੀ ਕੋਈ ਨਹੀਂ ਸੀ ਹਾਂ ਕਿਧੋ ਜਾਣਾ ਹੈ ਕਿਧੋ ਨਹੀਂ ਕੀ ਹਸਾਬ ਦਾਬੇ ਕਿੱਥੇ ਸਾਡੇ ਕਿੱਥੇ ਜਾ ਹਾਂ ਬਹਿਣਾ ਨਾਲੇ ਜਿੱਥੇ ਦਾਵਾ ਪਾਣੀ ਮੁਕੱਦਰਾ ਨਹੀਂ ਲਿਖਿਆ ਹਾਂ ਖਾਨਾ ਉੱਥੋਂ ਹੀ ਉੱਥੋਂ ਹਾਂ ਉਠਾਣੇ ਲੈ ਗਏ ਠਾਣਿਓ ਜਿਹੜਾ ਨਾ ਪੂਰੀ ਦਿਹਾੜੀ ਉਹਨਾਂ ਉੱਥੇ ਰੱਖਿਆ ਹੋਵੇ ਤੇ ਐਨੇ ਕੋ ਹੁਬਸ 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 ਹਨ ਸੋਮੀਆਂ ਤੇ ਜਿਸ ਤਰ੍ਹਾਂ ਕੇ ਬੰਦ ਸਨ ਉਹਨਾਂ ਸਵੇਰ ਦਾ ਨਾਸ਼ਤਾ ਕੀਤਾ ਤੇ 4 ਵਜੇ ਜਾ ਕੇ ਉਹਨਾਂ ਸਾਨੂੰ ਬੰਦ ਦਿੱਤੇ ਹਨ ਇੱਕ ਇੱਕ ਨਾਲ ਇੱਕ ਜੂਸ ਦਿੱਤਾ ਹੀ ਉਹਨਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ 4 ਵਜੇ ਇਤੁਰਕੀ ਪੁਲਿਸ ਆ ਲੈਣਗੀ ਤੁਰਕੀ ਪੁਲਿਸ ਆ ਲੈਣ ਤੇ ਉਤੋਂ ਅਹਾਂ ਉਹ ਖਾਏ ਨੇ ਫਿਰ ਅਗੋਂ ਕਿ ਸ਼ਾਮ ਦਾ ਟਾਈਮ ਹੋ ਗਿਆ 7-8 ਦਾ ਟਾਈਮ ਹੋ ਗਿਆ ਉਹਨਾਂ ਸਾਨੂੰ ਜਿਹੜਾ ਨਾ ਗੱਡੀਆਂ 'ਚ ਪਾਇਆ ਹੱਥ ਖਰੀਆਂ ਲਾ ਗੇ ਨਾ ਤੇ ਨਾਲ ਹੀ ਆਪਣਾ ਜਿਹੜਾ ਨਾ ਸਾਰਾ ਜਿਹੜਾ ਸਮਾਨ ਹੈ ਸਾਡਾ ਸਮਾਨ ਸਭ ਨੂੰ ਲਿਖਦੇ ਰਹੇ ਮੋਬਾਈਲ ਵਗੈਰਾ ਹਨ ਫਰੀਆਂ ਨੇ ਯਾਰ ਸਾਰਾ ਕੋਈ ਹੋਰ ਸ਼ਾਇਵੇ ਪੈਸੇ ਨੇ ਉਹ ਸਾਰਾ ਕੁਝ ਉਹ ਲਿਖਦੇ ਰਹੇ ਨੇ ਤੇ ਉਹ ਨਾਲ ਲਿਖ ਲਿਆਵੇ ਨਾਲ ਹੀ ਸਾਨੂੰ ਉਹਨਾਂ ਗੱਡੀ ਜਿਹਾ ਬਾ ਲਿਆ ਮੰਨਤ ਤੌਰ ਤੇ ਉਹਨਾਂ ਦੇ ਛਾਪੜੇ ਹੀ ਪਾ ਗਏ ਨਾ ਤੇ ਰੱਖ ਲਿਆ ਸੀ ਸਮਾਨ ਜਿਹੜਾ ਸਾਡਾ ਤੇ ਅਸੀਂ ਜਿਹੜਾ ਨਾ ਉਥੇ ਗੱਡੀਆਂ 'ਚ ਬੈਠਿਆ ਸਾਨੂੰ ਜੇਲੇ 'ਚ ਲੈ ਗਏ ਜੇਲ੍ਹ ਜਿੱਥੋਂ ਲੈ ਗਏ ਨੇ ਇੱਕ ਜੇਲੇ ਉਥੇ ਦਿਹਾੜੀ ਅਹੀ ਰਹੇ ਆਂ ਜੇਲ੍ਹ ਦੇ ਵਿੱਚ ਉਥੋਂ ਉਹਨਾਂ ਚੋ ਕੇ ਸਾਨੂੰ ਅਗਲੀ ਜੇਲੇ 'ਚ ਕੱਲ ਦਿੱਤਾ ਤੇ ਉਥੋਂ ਫਿਰ ਸਾਨੂੰ ਉਹਨਾਂ ਨਾਲ ਤੀਸਰੀ ਜੇ ਦੇ ਜੀ ਗੱਲ ਦਿੱਤਾ ਉਥੇ ਅਸੀਂ ਤਕਰੀਬਨ ਜੇ ਰਹਨਾ 2.5 ਕੁ ਮਹੀਨੇ ਰਹੇ ਆ ਜਾਂਦੇ ਆ ਸਾਨੂੰ ਆਨੇ ਹਨ ਸਾਨੂੰ ਫਿੰਗਰ ਦਿਓ ਡਿਪੋਰਟ ਹੋਵੇ ਤੇ ਪਾਕਿਸਤਾਨ ਜਾਓ ਹੋਰ ਤੁਸੀਂ ਜੇ ਇੱਥੇ ਰਹਿਣਾ ਚਾਹਦੇ ਹੋ ਤੇ ਇੱਥੇ ਪੂਰਾ ਸਾਲ ਰਵੋ ਤੇ ਉਥੇ ਇੱਕ ਸਾਲ ਰਵੋ ਲੇ ਇੱਕ ਇੱਕ ਦਿਨ ਜੇ ਰਹਨਾ ਬੜਾ ਔਖਾ ਲੰਘਦਾ ਹੈ ਰੋਟੀ ਸਾਲ ਰਹਿ ਕੇ ਬਾਅਦ ਕੀ ਬਾਅਦ ਵੀ ਡਿਪੋਰਟ ਹੀ ਹੋਣਾ ਸਾਲ ਬਾਅਦ ਜੇ ਮਿਸਾਲ ਤੌਰ ਤੇ ਜੇ ਇੱਥੇ ਸਾਲ ਰਹਿੰਦੇ ਵੀ ਆ ਨਾ ਪਹਿਲੀ ਗੱਲ ਸਾਲ ਰਹਾ ਹੀ ਨਹੀਂ ਜਾਂਦਾ ਉਹਨਾਂ ਦਾ ਉਹਨਾਂ ਦੀ ਜਿਹੜੀ ਰੋਟੀ ਪਾਣੀ ਹੈ ਨਾ ਉਹ ਖਾਦੇ ਨਹੀਂ ਜਾਂਦਾ ਸਾਲ ਪੂਰਾ ਬੜਾ ਅਜੀਬ ਜਿਹਾ ਹਫਤਾਬ ਹਰ ਸ਼ਾਇਦ ਜਿਹੜੀ ਨਾ ਕੱਚੀ ਪੱਕੀ ਆਉਂਦੀ ਹੈ ਤੂੰ ਨਾ ਖਾਦੀ ਜਾਂਦੀ ਇਹਨਾਂ ਕੋਈ ਗੱਲ ਨਾਲ ਕੋ ਬਾਤ ਤੂੰ ਬੰਦਾ ਆ ਕੇ ਕੇ ਹੀ ਦਪੋੜ ਹੀ ਹੁੰਦਾ ਹੈ ਅਈ ਉਥੋਂ ਜਿਹੜਾ ਨਾ ਡਾਟਾ ਦਿੱਤਾ ਹੈ ਜਾ ਕੇ ਫਿੰਗਰ ਫਿੰਗਰ ਹਫਤੇ ਦੇ ਹਫਤੇ ਬਾਅਦ ਮੈਂ ਹਾਂ ਦੇ ਦਿੱਤੇ ਹਾਂ ਦੇ ਦਿੱਤੇ ਡਾਟਾ ਆਇਆ ਸਾਡਾ ਦੂ ਮਹੀਨਿਆਂ ਬਾਅਦ ਦੂ ਮਹੀਨੇ ਬਾਅਦ ਡਾਟਾ ਆਇਆ ਸਾਡਾ ਤੁਸੀਂ 2 ਮਹੀਨੇ ਉੱਥੇ ਹੀ ਗੁਜ਼ਾਰੇ ਨੇ ਹਾਂਜੀ 2 ਮਹੀਨੇ ਉੱਥੇ ਹੀ ਗੁਜ਼ਾਰੇ ਜੇਲ੍ਹ ਜੀ ਤੇ ਉੱਥੇ ਹੀ ਆਪਣਾ ਰਹੇ ਆ ਬਾਅਦੇ ਜਿਹੜਾ ਨਾ ਸਾਡੀ ਆਪਣਾ ਜਿਹੜਾ ਨਾ ਟਿਕਟ ਹੋ ਗਈ ਉਹਨਾਂ ਆਖਿਆ ਦਿਨ ਨੂੰ ਤੁਹਾਂ ਟੁਰ ਜਾਨ ਤੇ ਅਹੀਂ ਆਪਣਾ ਜਿਹੜਾ ਠੀਕ ਅਹੀਂ ਸਾਰੇ ਆਪਣਾ ਮੁੰਡੇ ਬੈਠੇ ਆ ਤੇ ਜਿਹੜੇ ਦਿਨ ਅਸੀਂ ਜਾਣਾ ਸੀ ਨਾ ਅਸੀਂ ਉਹ ਦਿਨ ਦਾ ਇੰਤਜ਼ਾਰ ਕਰ ਰਹੇ ਹੁਣਾਈ ਆਪਣਾ ਚਲੋ ਸਹੀ ਇਹੀ ਪਾਕਿਸਤਾਨ ਜਾ ਰਹੇ ਆ ਸਾਰੇ ਇਹੀ ਇੱਕ ਦੂਜੇ ਪਾਕਿਸਤਾਨੀ ਮਿਲ ਕੇ ਰਹੇ ਆ ਅਹੀਂ ਆ ਗਏ ਆ ਉਥੇ ਜਦੋਂ 에어ਪੋਰਟ ਤੇ ਗਏ ਆ ਤੇ 에어ਪੋਰਟ ਤੇ ਵੀ ਸਾਡੇ ਨਾਲ ਜਿਹੜਾ ਨਾ ਫੋਏ ਸੀ। ਮਿਸਾਲ ਦੇ ਤੌਰ ਤੇ 10 ਬੰਦੇ ਆ ਨਾ। ਦਿਲ ਦੇ ਵਿੱਚ 20 ਬੰਦੇ ਫੋਏਦੇ ਹੋਣ। ਕਿ ਨਸ ਨਾ ਜਾਣ। ਹੱਥ ਕਰੀਆਂ ਲਾਈਆਂ ਨੇ। ਰਬਟਾ ਲੀਆਂ। ਤੇ ਅਹੀਂ ਉਥੇ ਬੈਠੇ ਐ 에어ਪੋਰਟ ਤੇ ਗਏ ਐ 에어ਪੋਰਟ ਤੇ ਸਾਨੂੰ ਨਾਲ ਸਾਡਾ ਸਮਾਨ ਦਿੱਤਾ ਜਿਹੜਾ ਸਾਡੇ ਕੋਲ ਸੀ। ਕੋਈ ਆਲੋ ਮੋਬਾਈਲ ਹੈਂਡਫਰੀਆ ਪੈਸੇ ਆਲੋ। ਅਹੀਂ ਉਥੇ ਪਹਿਲੇ ਇਮਾਨਤ ਲਈ ਆਪਣੀ। ਤੇ 에어ਪੋਰਟ ਜਾਸਚ ਭੈਗੇ। ਉਥੋਂ ਆਏ ਆ ਉਹਨਾਂ ਸਾਨੂੰ ਜਿਹੜਾ ਨਾ ਸਲਾਮਾਂਬਾਦ ਲਾਇਆ ਸਲਾਮਾਂਬਾਦ ਲਾਇਆ ਉਥੋਂ ਐਫ ਆਈ ਵਾਲਾ ਜਿਹੜੇ ਹਨਾ ਉਹਨਾਂ ਨੂੰ ਆ ਫਿੰਗਰ ਫਿੰਗਰ ਤੇ ਡਾਟਾ ਦਿੱਤਾ ਉਹਨਾਂ ਨੂੰ ਤੇ ਉਥੋਂ ਉਹਨਾਂ ਨੂੰ ਬਾਹਰ ਕਰ ਦਿੱਤਾ 에ਰਪੋਰਟ ਜੋ ਦੇਦੂ ਆ ਗਏ ਬਾਹਰ ਆ ਗਏ ਆ ਉਥੋਂ ਹਾਂ ਜਿਹੜਾ ਨਾ ਗੱਡੀ ਕਰਾਈਏ ਉਥੋਂ ਅਸੀਂ ਆਪਣੇ ਘਰ ਆ ਗਏ ਜਿਵੇਂ ਕਿ ਆਪਨੇ ਸੁਨਾ ਹੈ ਕਿ ਸਮਗਲ ਹੋਣੇ ਕੇ ਬਾਦ ਇਨਸਾਨ ਕੈਦ ਕੀ ਜ਼ਿੰਦਗੀ ਗੁਜ਼ਾਰਤਾ ਹੈ तो इससे बेहतर है कि लीगल तरीके से बाहर जाकर अपने सारे राइट्स क्लेम किए जाएं और आजादाना जिंदगी गुजारी जा सके थैंक यू फॉर वॉचिंग द फुल वीडियो आप में से बहुत से ऐसे लोग हैं जिन्होंने शायद हमारा YouTube चैनल सब्सक्राइब नहीं किया सो इफ यूट टू सपोर्ट इंडिपेंडेंट मीनिंगफुल कॉन्टेंट प्लीज सब्सक्राइब टू अर YouTube चैनल